ਸੀਐਮ ਸਾਹਿਬ ਅਸੀਂ ਤੁਹਾਡੇ ਤੋਂ ਮੰਗ ਕੀਤੀ ਸਾਫ ਪਾਣੀ ਦੀ ਸਾਫ ਹਵਾ ਦੀ ਸਾਫ ਮਿੱਟੀ ਦੀ ਪਰ ਤੁਸੀਂ ਸਾਨੂੰ ਇੰਨਾ ਵੱਡਾ 2500 3000 ਬੰਦਾ ਪੁਲਿਸ ਪ੍ਰਸ਼ਾਸਨ ਲਿਆਣ ਕੇ ਸਾਨੂੰ ਠਾ ਰਹੇ ਹੋ ਚਕਾ ਰਹੇ ਹੋ ਮੋਰਚਾ ਅਸੀਂ ਵੀ ਤੁਹਾਡੀ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਆ ਅਸੀਂ ਵੀ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਅਸੀਂ ਅੱਜ ਸਤਾਏ ਹੋਏ ਆ ਅੱਜ ਅਸੀਂ ਮਰ ਰਹੇ ਆ ਮਾਨ ਸਾਹਿਬ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਇੱਥੇ ਦੂਜੀ ਬਗਰਾੜੀ ਤੁਸੀਂ ਬਣਾਉਣ ਨੂੰ ਫਿਰਦੇ ਹੋ ਅਸੀਂ ਗੰਦਾ ਪਾਣੀ ਪੀ ਕੇ ਮਰਨ ਨਾਲੋਂ ਅਸੀਂ ਇਹਨਾਂ ਦੀ ਦਿੱਤੀ ਮੌਤ ਨੂੰ ਚੰਗਾ ਸਮਝਾਂਗੇ ਜਿਹੜੀ ਸ਼ਰਾਬ ਫੈਕਟਰੀਆਂ ਸਾਡੇ ਪਿੰਡਾਂ ਦੇ ਲੋਕਾਂ ਦੇ ਕਤਲ ਕੀਤੇ ਬਿਮਾਰੀਆਂ ਦੇ ਰੂਪ ਵਿੱਚ ਉਹ ਸ਼ਰਾਬ ਫੈਕਟਰੀ ਦੀ ਅੱਜ ਇਹ ਹਮੈਤ ਕਰ ਰਹੇ ਨੇ ਸਰਕਾਰ ਮੰਗ ਪੱਤਰ ਅਸੀਂ ਦੇਣਾ ਮੰਗਾ ਸਾਡੀਆਂ ਲਿਖਾ ਸਾਡੇ ਤੋਂ ਪ੍ਰਸ਼ਾਸਨਿਆ ਧੱਕੇ ਨਾਲ ਅੱਜ ਜੇ ਕੋਈ ਅਣਹੋਣੀ ਘਟਨਾ ਹੁੰਦੀ ਆ ਜੀ ਪਹਿਲਾਂ ਤਾਂ ਇਹ ਜਿੰਮੇਵਾਰ ਭਗਵੰਤਮਾਨ ਸਰਕਾਰ ਸੀਮ ਸਾਹ ਦੂਜੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਪੰਜਾਬ ਤੋਂ ਸਭ ਤੋਂ ਵਧੀਆ ਪਾਣੀ ਜੀਰੇ ਲਾਕੇ ਦਾ ਸੀ ਤੇ ਅੱਜ ਅਸੀਂ ਕਹਿੰਦੇ ਆ ਪੰਜਾਬ ਤੋਂ ਸਭ ਤੋਂ ਮਾੜੇ ਹਾਲਾਤ ਪਾਣੀ ਦੇ ਜੀਰੇ ਦੇ ਹੋ ਗਏ ਆ लाठी चार्ज ਆ ਉਹ ਕਰ ਲੈ ਸਾਨੂੰ ਮਾਰ ਦੇਵੇ ਆਪਦੀ ਚਲਾ ਲੈ ਫੈਕਟਰੀ ਚਾਲੀਆਂ ਪਿੰਡਾਂ ਨੂੰ ਮਾਰ ਕੇ ਫੈਕਟਰੀ ਜੇ ਚਲਾਉਣੀ ਆ ਚਲਵਾ ਲਵੇ ਸਾਸਰੀ ਕਾਲ ਜੀ ਜੀਰਾ ਫੈਕਟਰੀ ਸਾਹਮਣੇ ਦਿਖਾ ਦਈਏ ਉਹਦੇ ਅੱਗੇ ਖੜੇ ਆ ਚਰਚਾ ਚੱਲ ਰਹੀ ਆ ਰਾਤ ਦੀ ਕੇ ਪੁਲਿਸ ਸਖਤੀ ਕਰਕੇ ਅੱਜ ਧਰਨਾ ਚੁਕਾ ਦੇਵੇਗੀ ਸਰਕਾਰ ਦੇ ਹੁਕਮ ਹੈ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਡਿਊਟੀਆਂ ਲੱਗ ਚੁੱਕੀਆਂ ਗੱਲਬਾਤ ਕਰਦੇ ਆ ਜੀਰਾ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਇਹ ਹੁਕਮ ਕਿਸ ਤਰੀਕੇ ਦਾ ਲੱਗਿਆ ਤੇ ਉਹ ਕੀ ਸੋਚਦੇ ਨੇ ਕੀ ਰਣਨੀਤੀਆਂ ਹੁਣ ਅੱਗੇ ਦੀ ਉਹਨਾਂ ਦੀ ਬਾਈ ਜੀ ਕਿਵੇਂ ਲੱਗਦਾ ਹੈ ਸਰਕਾਰ ਦੀ ਇੱਕ ਚਿੱਠੀ ਰਾਤ ਦੀ ਜਾਰੀ ਹੋਈ ਵੀ ਹੈ ਪੁਲਿਸ ਅਫਸਰਾਂ ਦੇ ਨਾਂ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਹੈ ਕਿ ਸਖਤੀ ਕੀਤੀ ਜਾ ਸਕੇ ਇਹ ਤਾਂ ਜੀ ਇੱਕ ਗੱਲ ਹੈ ਸਰਕਾਰ ਨੇ ਇੱਕ ਸਲੱਗ ਜੋ ਕਦਮ ਕੀਤਾ ਕਦਮ ਇਹ ਕੀਤਾ ਵੀ ਉਹਨਾਂ ਨੇ ਪਤਾ ਵੀ ਇਹ ਮੋਰਚਾ ਤਾਂ ਚੁਕਾਉਣਾ ਹੀ ਸੀ ਪਰ ਇਹ ਬਗਰਾੜੀ ਵਾਂਗੂ ਉੱਥੇ ਜਿਹੜੇ ਮੋਰਚੇ ਤੇ ਜਿਨ੍ਹਾਂ ਨੇ ਚਕਾਇਆ ਪੁਲਿਸ ਬੇਨਾਮੀ ਹੈਣੀਗੀ ਇੱਥੇ ਵਿਦ ਨਾਮ ਆ ਪੁਲਿਸ ਆ ਰਹੀ ਹੈ ਜਿਹੜੀ ਅਸੀਂ ਵੀ ਸਾਡੀ ਵਕੀਲਾਂ ਨਾਲ ਗੱਲ ਹੋ ਗਈ ਆ ਜੇ ਕੋਈ ਅਣਹੋਣੀ ਘਟਨਾ ਹੋਊਗੀ ਘਟੋ ਘਟ 10 ਵਕੀਲ ਸਾਡੇ ਸੂਟ ਤੇ ਉੱਥੇ ਫਾਈਲ ਕਰਨਗੇ ਹਾਈ ਕੋਰਟ ਦੇ ਵਿੱਚ ਦੂਜੀ ਗੱਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਸੀਐਮ ਸਾਹਿਬ ਅਸੀਂ ਤੁਹਾਡੇ ਤੋਂ ਕੀ ਚੀਜ਼ ਦੀ ਮੰਗ ਕੀਤੀ ਅਸੀਂ ਤੁਹਾਡੇ ਤੋਂ ਮੰਗ ਕੀਤੀ ਸਾਫ਼ ਪਾਣੀ ਦੀ ਸਾਫ਼ ਹਵਾ ਦੀ ਸਾਫ਼ ਮਿੱਟੀ ਦੀ ਪਰ ਤੁਸੀਂ ਸਾਨੂੰ ਇੰਨਾ ਵੱਡਾ 2500 3000 ਬੰਦਾ ਪੁਲਿਸ ਪ੍ਰਸ਼ਾਸਨ ਲਿਆਣ ਕੇ ਸਾਨੂੰ ਠਾ ਰਹੇ ਹੋ ਚਕਾਰਿਓ ਮੋਰਚਾ ਜਿਹੜਾ ਕਿ ਮੋਰਚਾ ਪੰਜ ਮਹੀਨਿਆਂ ਤੋਂ ਇੱਕ ਸ਼ਾਂਤਮਈ ਸ਼ਾਂਤਮਈ ਚੱਲ ਰਿਹਾ ਮੋਰਚਾ ਅਸੀਂ ਐਟ ਛੱਡੋ ਅਸੀਂ ਫੈਕਟਰੀ ਦਾ ਡੱਕਾ ਨਹੀਂ ਹਲਾਇਆ ਪਰ ਇਸ ਸਰਕਾਰ ਦੀ ਮਾੜੀ ਨੀਤੀ ਆ ਕਰਕੇ ਜਿਹੜੀ ਸ਼ਰਾਬ ਫੈਕਟਰੀ ਨੇ ਸਾਡਾ ਪਾਣੀ ਗੰਦਾ ਕੀਤਾ ਜਿਹੜੀ ਸ਼ਰਾਬ ਫੈਕਟਰੀ ਨੇ ਪਿੰਡ ਮਸੂਰਵਾਲ ਵਿੱਚ 70 ਪਸ਼ੂ ਮਾਰੇ ਜਿਹੜੀ ਸ਼ਰਾਬ ਫੈਕਟਰੀਆਂ ਸਾਡੇ ਪਿੰਡਾਂ ਦੇ ਲੋਕਾਂ ਦੇ ਕਤਲ ਕੀਤੇ ਬਿਮਾਰੀਆਂ ਦੇ ਰੂਪ ਵਿੱਚ ਉਹ ਸ਼ਰਾਬ ਫੈਕਟਰੀ ਦੀ ਅੱਜ ਇਹ ਹਮਾਇਤ ਕਰ ਰਹੇ ਨੇ ਸਰਕਾਰ ਸਰਕਾਰ ਨੂੰ ਇੱਕ ਦੱਸਣਾ ਚਾਹੁੰਦੇ ਆ ਦਸਾਂ ਚੋਂ ਅੱਠ ਸਿੰਪਲ ਫੇਲ ਹੋਏ ਆ ਸੋਡੇ ਐਸਐਮਓ ਕਸੂਆਣਾ ਨੇ ਉਹ ਸਿੰਪਲ ਕੀਤੇ ਆ 2016 ਦੇ ਵਿੱਚ ਪਬਲਿਕ ਹੇアリング ਹੋਈ ਆ ਉਹ ਪਬਲਿਕ ਹੇアリング ਜਮਨ ਕਲ ਤਾਂ ਸਾਰਾ ਸਰਗਲਤਾ ਅਤੇ ਜਦੋਂ ਇਹ ਫੈਕਟਰੀ ਲੱਗੀ ਇੱਕ ਝੂਠੀਆਂ ਐਨਓਸੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਸਰਕਾਰ ਨੂੰ ਚਾਹੀਦਾ ਸੀਗਾ ਇਹਦੀ ਮੁੱਢਲੀ ਜਾਂਚ ਹੁੰਦੀ ਫੈਕਟਰੀ ਦੀ ਕਿਵੇਂ ਐਨਓਸੀਆਂ ਲਈਆਂ ਕਿਵੇਂ ਪਬਲਿਕ ਹੇアリング ਹੋਈ ਕਿਹੜੇ ਤਰੀਕੇ ਨਾਲ ਫੈਕਟਰੀ ਲੱਗੀ ਉਹਨਾਂ ਅਧਿਕਾਰੀਆਂ ਦੀ ਜਾਂਚ ਹੁੰਦੀ ਵੀਰ ਜੀ ਇਹ ਚੀਜ਼ਾਂ ਤਾਂ ਹੋਣ ਜਾਣੀ ਇਹ ਚੀਜ਼ਾਂ ਨਾ ਹੋਣ ਕਰਕੇ ਇਹ ਲੋਕਾਂ ਦੇ ਜਿਹੜੇ ਲੋਕਾਂ ਤੋਂ ਮਤਲਬ ਲੋਕਾਂ ਨੂੰ ਠੋਣਾ ਚਾਹੁੰਦੇ ਆ ਜਿਹੜੇ ਲੋਕ ਆਪਣਾ ਹੱਕ ਮੰਗ ਰਹੇ ਆ ਜਿਹੜੇ ਲੋਕ ਮੰਗ ਰਹੇ ਆ ਵੀ ਸਾਨੂੰ ਸਾਫ਼ ਪਾਣੀ ਵੀਰੇ ਸਾਫ਼ ਪਾਣੀ ਚਾਹੀਦਾ ਸਾਡਾ ਜੀਰੇ ਇਲਾਕਾ ਇਹੋ ਜਿਹਾ ਇਲਾਕਾ ਸੀਗਾ ਜਿਹੜਾ ਕਿ ਪੰਜਾਬ ਤੋਂ ਸਭ ਤੋਂ ਵਧੀਆ ਪਾਣੀ ਜੀਰੇ ਇਲਾਕੇ ਦਾ ਸੀ ਤੇ ਅੱਜ ਅਸੀਂ ਕਹਿੰਦੇ ਆ ਪੰਜਾਬ ਤੋਂ ਸਭ ਤੋਂ ਮਾੜੇ ਹਾਲਾਤ ਪਾਣੀ ਦੇ ਜੀਰੇ ਦੇ ਹੋ ਗਏ ਆ ਘਰ ਘਰ ਤੇ ਕੈਂਸਰ ਆ ਟਾਈਫਾਇਡ ਆ ਮਲੇਰੀਆ ਹਰ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਜੀਰੇ ਚ ਜੋ ਕਿ ਸ਼ਰਾਫੇਟ ਨਹੀਂ ਵੰਡੀਆਂ ਅਸੀਂ ਪਰਸੋਂ ਦਾ ਪ੍ਰਸ਼ਾਸਨ ਸਾਨੂੰ ਬਹੁਤ ਹੀ ਮੈਂਟਲੀ ਹਰਾਸਟ ਕਰ ਰਿਹਾ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੰਨੇ ਆ ਪ੍ਰਸ਼ਾਸਨ ਕਹਿ ਰਿਹਾ ਨਾ ਨਾ ਮੰਗ ਪੱਤਰ ਇਹ ਨਹੀਂ ਤੁਸੀਂ ਲਿਖਣਾ ਜੋ ਅਸੀਂ ਕਵਾਂਗੇ ਉਹ ਲਿਖੋ ਮੰਗ ਪੱਤਰ ਅਸੀਂ ਦੇਣਾ ਮੰਗਾ ਸਾਡੀਆਂ ਲਿਖਾ ਸਾਡੇ ਤੋਂ ਪ੍ਰਸ਼ਾਸਨ ਦੇ ਆ ਧੱਕੇ ਨਾਲ ਅਸੀਂ ਉਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਆ ਸਾਡਾ ਮੰਗ ਪੱਤਰ ਆ ਜੀ ਆ ਮੰਗ ਪੱਤਰ ਇਹਦੇ ਵਿੱਚ ਘਟੋ ਘਟ 11 12 ਮੰਗਾ ਨੇ ਇਹ ਤੁਸੀਂ ਤੁਹਾਡੀ ਡਿਊਟੀਆਂ ਸੀਐਮ ਆਫਿਸ ਪਹਚਾਓ ਸਾਡੀ ਅਸੀਂ ਬੇਨਤੀ ਕਰਦੇ ਆ ਸੀਐਮ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਹੱਥ ਜੋੜ ਕੇ ਬੇਨਤੀ ਆ ਤੇ ਝੋਲੀ ਾੜ ਕੇ ਫਰਿਆਦ ਆ ਅਸੀਂ ਵੀ ਤੁਹਾਡੀ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹਾਂ ਅਸੀਂ ਵੀ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਅਸੀਂ ਜਦੋਂ ਤੁਸੀਂ ਆਮ ਆਦਮੀ ਪਾਰਟੀ ਜਿੱਤੀ ਸੀ ਆ ਐਮਐਲਏ ਨਰੇਸ਼ ਕੁਟਾਰੀਆ ਬਣਿਆ ਸੀ ਤੇ ਅਸੀਂ ਜੀਰੇ ਦੇ ਵਿੱਚ ਭੰਗੜੇ ਪਾਏ ਸੀ ਢੋਲ ਦੇ ਡੱਗਿਆਂ ਤੇ ਅਸੀਂ ਅੱਜ ਸਤਾਏ ਹੋਏ ਹਾਂ ਅੱਜ ਅਸੀਂ ਮਰ ਰਹੇ ਹਾਂ ਅੱਜ ਜੇ ਕੋਈ ਅਣਹੋਣੀ ਘਟਨਾ ਹੁੰਦੀ ਹੈ ਜੀ ਪਹਿਲਾਂ ਤਾਂ ਇਹਦੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਸੀਐਮ ਸਾਹਿਬ ਦੂਜੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਜਿਹੜੇ ਇਹ ਇਹਨਾਂ ਨੇ ਚਿੱਠੀ ਲੀਕ ਕਰਾਈ ਜਾਂ ਕੀਤੀ ਜਾਂ ਇੱਕ ਡਰੋਨ ਦੇ ਵਾਸਤੇ ਉਹ ਜਿਹੜੇ ਪੁਲਿਸ ਵਾਲਿਆਂ ਦੇ ਵਿਦ ਨਾਮ ਸਾਡੇ ਕੋਲੇ ਹੈਗੇ ਆ ਅਸੀਂ ਤੁਹਾਨੂੰ ਭੇਜ ਦਿੰਨੇ ਆ ਉਹ ਵੀ ਚਲਾਇਓ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਵੀ ਕਿਉਂਕਿ ਅਸੀਂ ਸ਼ਾਂਤਮਈ ਬੈਠੇ ਆ ਠੀਕ ਆ ਜੀ ਇਹ ਜਿਹੜਾ ਧਰਨਾ ਇਹ ਸਾਰੇ ਪਿੰਡਾਂ ਦੇ ਲੋਕਾਂ ਦਾ ਸਿੱਖ ਜਥੇਬੰਦੀਆਂ ਦਾ ਕਿਸਾਨ ਜਥੇਬੰਦੀਆਂ ਦਾ ਅਸੀਂ ਤੁਹਾਡੇ ਮੱਧ ਬਰਾਹੀਂ ਕਹਿੰਨੇ ਆ ਮਾਨ ਸਾਹਿਬ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਇੱਥੇ ਦੂਜੀ ਬਗਰਾੜੀ ਤੁਸੀਂ ਬਣਾਉਣ ਨੂੰ ਫਿਰਦੇ ਹੋ ਦੂਜੀ ਬਗਰਾੜੀ ਬਣ ਜਾਣੀ ਆ ਤੇ ਇਹਦਾ ਜਵਾਬ ਤੁਹਾਨੂੰ ਦੇਣਾ ਔਖਾ ਹੋ ਜਾਣਾ ਅਸੀਂ ਬੇਨਤੀ ਕਰਦੇ ਆ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦੇ ਦਿਓ ਅਸੀਂ ਤੁਹਾਨੂੰ ਇਹ ਕੋਲੇ ਆਪਦੇ ਦੁੱਖ ਦਾਰਦ ਦੱਸ ਸਕੀਏ ਅਸੀਂ ਦੁੱਖ ਦਾਰਦ ਤੁਹਾਨੂੰ ਦੱਸੇ ਰਹੇ ਆ ਪਰ ਪ੍ਰਸ਼ਾਸਨ ਸਾਨੂੰ ਲੱਗਦਾ ਤੁਹਾਡੇ ਤਾਂ ਹੀ ਸਹੀ ਗੱਲ ਨਹੀਂ ਪਚਾਰਿਆ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਸਤਾਏ ਹੋਏ ਲੋਕ ਪਿੰਡਾਂ ਦੇ ਆ ਜੀ ਸਤਾਏ ਹੋਏ ਲੋਕ ਪਿੰਡਾਂ ਦੇ ਬੈਠੇ ਆ ਜੇ ਕੋਈ ਇੱਥੇ ਕੋਈ ਘਟਨਾ ਹੋਈ ਮੈਂ ਵਾਰ-ਵਾਰ ਕਹਿਣਾ ਜਿਹੜੇ ਪੁਲਿਸ ਵਾਲਿਆਂ ਦੇ ਨਾਮ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਵੇ ਸੀਐਮ ਭਗਵੰਤ ਮਾਨ ਉੱਤੇ ਕਾਰਵਾਈ ਹੋਵੇ ਪੰਜਾਬ ਸਰਕਾਰ ਉੱਤੇ ਕਾਰਵਾਈ ਹੋਵੇ ਅਤੇ ਨਾਲ ਦੀਪ ਮਲੋਤਰਾ ਡੈਂਪੀ ਮਲੋਤਰਾ ਤੇ ਗੌਰਵ ਮਲੋਤਰਾ ਅਤੇ ਇਹ ਇੰਡਸਟਰੀ ਉੱਤੇ ਬਣਦੀ ਕਾਰਵਾਈ ਹੋਵੇ ਜੀ ਅਸੀਂ ਸ਼ਾਂਤਮਈ ਬੈਠੇ ਆਂ ਸ਼ਾਂਤਮਈ ਹੀ ਬੈਠੇ ਰਾਵਾਂਗੇ ਇਹ ਤੁਹਾਨੂੰ ਵਾਅਦਾ ਕਰਦੇ ਆਂ ਧੰਨਵਾਦ ਜੀ ਅੱਛਾ ਇੱਕ ਇੱਕ ਗੱਲ ਇੱਥੇ ਇਹ ਦੱਸਿਓ ਵੀ ਇਹ ਸਰਕਾਰ ਕਹਿੰਦੀ ਹੁੰਦੀ ਸੀ ਬਾਈ ਜੀ ਕਿ ਅਸੀਂ ਆਮ ਲੋਕਾਂ ਦੇ ਆਂ ਅਸੀਂ ਦੁੱਖ ਦਰਦ ਜਾਣਦੇ ਆਂ ਭਗਵੰਤ ਮਾਨ ਖੁਦ ਵਾਅਦਾ ਵਰਨ ਪ੍ਰੇਮੀ ਰਹੇ ਆ ਹੁਣ ਕੀ ਲੱਗ ਰਿਹਾ ਤੁਹਾਨੂੰ ਦੇਖੋ ਜੀ ਜਦੋਂ ਦਾ ਭ ਬਦਲ ਗਿਆ ਹੋ ਪਹਿਲਾਂ ਤਾਂ ਜੋ ਵਿਰੋਧੀ ਧਿਰ ਚ ਭਗਵੰਤ ਮਾਨ ਹੁੰਦਾ ਸੀਗਾ ਤੇ ਬੜੇ ਪ੍ਰੈਸ਼ਨ ਕਰਦਾ ਹੁੰਦਾ ਸੀਗਾ ਦੂਜੀਆਂ ਸਰਕਾਰਾਂ ਪ੍ਰਤੀ ਆਪਦੇ ਕੋਲ ਹੁਣ ਮਾਨ ਸਾਹਿਬ ਕੋਲੇ ਸਭ ਤੋਂ ਵੱਧ ਸਿਕਿਉਰਿਟੀ ਚ ਕਾਫਲੇ ਹੈ ਕਾਫਲਾ ਹੈ ਜੀ ਠੀਕ ਹੈ ਦੂਸਰੀ ਗੱਲ ਸਾਨੂੰ ਬੜਾ ਗਿਲਾ ਸ਼ਿਕਵਾ ਮਾਨ ਸਾਹਿਬ ਦੇ ਨਾਲ ਵੀ ਸਾਢੇ 4 ਮਹੀਨਿਆਂ ਦੇ ਤਕਰੀਬਨ ਟਾਈਮ ਪੀਰੀਅਡ ਹੋ ਗਿਆ ਜੀ ਸਾਡੇ ਕੋਲ ਹਜੇ ਤੱਕ ਪਹੁੰਚੇ ਨਹੀਂ ਗਈ ਤੇ ਕੋਈ ਇੱਕ ਜਿਹੜਾ ਸੀਐਮ ਹੁੰਦਾ ਸਟੇਟ ਦਾ ਉਹ ਜ਼ਿੰਮੇਵਾਰ ਹੁੰਦਾ ਜੀ ਉਹ ਜ਼ਿੰਮੇਵਾਰ ਹੁੰਦਾ ਲੋਕਾਂ ਦੀ ਸਿਹਤ ਲਈ ਲੋਕਾਂ ਦੀ ਐਜੂਕੇਸ਼ਨ ਲਈ ਲੋਕ ਭਲਾਈ ਲਈ ਹਰ ਸਿਟੀਜ਼ਨ ਦੀ ਜ਼ਿੰਮੇਵਾਰੀ ਹੁੰਦੀ ਆ ਸੀਐਮ ਦੇ ਕੋਲ ਵੀ ਉਹ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰੇ ਚੰਗੀ ਸਿੱਖਿਆ ਪ੍ਰਦਾਨ ਕਰੇ ਸੂਬੇ ਦੀ ਬਿਹਤਰੀ ਲਈ ਹੁੰਦਾ ਸੀਐਮ ਕਿਉਂਕਿ ਚੁਣਿਆ ਹੋਇਆ ਲੋਕਾਂ ਦੇ ਦੁਆਰਾ ਇੱਕ ਨੁਮਾਇੰਦਾ ਹੁੰਦਾ ਜੀ ਸਟੇਟ ਦਾ ਸੀਐਮ ਪਰ ਸੀਐਮ ਸਾਹਿਬ ਇੱਕ ਵਾਰੀ ਵੀ ਨਹੀਂ ਇੱਥੇ ਆਏ ਤੇ ਸੀਐਮ ਦੇ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਜੀ ਲੋਕ ਇਹ ਕਹਿ ਰਹੇ ਆ ਵੀ ਅਸੀਂ ਕਿਹੋ ਜਿਹੇ ਬੰਦੇ ਨੂੰ ਰਾਜ ਭਾਗ ਸੌਂਪ ਬੈਠੇ ਵੀ ਸਾਡੇ ਨਾਲ ਲੱਗਦਾ ਧੋਖਾ ਹੋ ਗਿਆ ਇਹ ਤਾਂ ਉਹ ਮਾਂ ਨਹੀਂ ਹੈ ਨਹੀਂ ਸੀਗਾ ਜਿਹੜਾ ਵਧੀਆ ਗੱਲਾਂ ਕਰਦਾ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ ਤੇ ਨਵੀਆਂ ਚੀਜ਼ਾਂ ਲਿਆਉਣ ਦੀਆਂ ਪੰਜਾਬ 'ਚ ਗੱਲਾਂ ਕਰਦਾ ਹੁੰਦਾ ਸੀਗਾ ਤੇ ਪੰਜਾਬ ਦੀ ਬਿਹਤਰੀ ਲਈ ਗੱਲਾਂ ਕਰਦਾ ਪੰਜਾਬ ਦੀ ਵਿਕਾਸ ਲਈ ਗੱਲਾਂ ਕਰਦਾ ਹੁੰਦਾ ਸੀਗਾ ਇਹ ਸੀਐਮ ਉਹ ਨਹੀਂ ਰਿਹਾ ਹੁਣ ਅਸੀਂ ਜੀ 11 ਮੰਗਾਂ ਸੀਐਮ ਸਾਹਿਬ ਦੇ ਅੱਗੇ ਰੱਖੀਆਂ ਜੀ ਮੈਂ ਤੁਹਾਡੇ ਕੈਮਰੇ ਦੇ ਅੱਗੇ ਵਿਖਾਉਣਾ ਚਾਹਣਾ ਜੀ ਟੋਟਲ 11 ਮੰਗਾਂ ਅਸੀਂ 11 ਦੀਆਂ 11 ਮੰਗਾਂ ਇਹ ਸੀਐਮ ਤੋਂ ਮਨਵਾਉਣੀਆਂ ਐ ਇਹ ਨਹੀਂ ਹੈਗਾ ਵੀ ਅਸੀਂ ਉੱਥੇ ਜਾ ਕੇ ਕਿ ਵੀ ਕਿਸੇ ਪੰਜ ਮੰਨ ਲੇ 6 ਛੱਡ ਦੇ ਜਾਂ ਫਿਰ 6 6 ਕਰ ਲੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਕਰਨੀਗੀ ਅਸੀਂ 12 ਜਿਹੜੀਆਂ 11 12 ਮੰਗਾ ਹੈਗੀਆਂ ਅਸੀਂ ਸਾਰੀਆਂ ਹੀ ਮੰਗਾਉਣੀਆਂ ਸੀ ਐਮ ਸਾਹਿਬ ਤੋਂ ਠੀਕ ਹੈ ਤੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗਿਲਾ ਹੈਗਾ ਜੀ ਸਾਡਾ ਇੰਨਾ ਲਾਸ ਹੋ ਗਿਆ ਸਾਡੇ ਇੰਨੇ ਬੰਦੇ ਮਰ ਗਏ ਜੀ ਬਿਮਾਰੀਆਂ ਨਾਲ ਇਸ ਇੰਡਸਟਰੀ ਦੇ ਨਾਲ ਕਿਉਂਕਿ ਇਸ ਇੰਡਸਟਰੀ ਨੇ 15 ਤੋਂ 16 ਸਾਲ ਧਰਤੀ ਦੇ ਥੱਲੇ ਪਾਣੀ ਪਾਇਆ ਜੀ ਠੀਕ ਹੈ ਹੁਣ ਇਹ ਕਹਿ ਰਿਹਾ ਵਾਰ-ਵਾਰ ਸਾਨੂੰ ਕਹਿ ਰਿਹਾ ਜੀ ਇਥਨਲ ਦਾ ਸੈਂਪਲ ਦੇ ਦਿਓ ਕੋਈ ਸਪੈਸੀਫਿਕ ਪੁਆਇੰਟ ਦੇ ਦਿਓ ਵੀ ਇਥਨਲ ਥੋੜੇ ਪਾਣੀ ਚ ਆਉਂਦਾ ਜੀ ਜਿਹੜਾ ਇਥਨਲ ਦਾ ਅਸਰ ਹੈ ਜੀ ਉਹ ਧਰਤੀ ਦੇ ਵਿੱਚ ਜਾਂ ਪਾਣੀ ਦੇ ਵਿੱਚ 12 ਘੰਟੇ ਰਹਿੰਦਾ ਹੁੰਦਾ ਜੀ ਉਸ ਤੋਂ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਫਿਰ ਅਸੀਂ ਇਹਨਾਂ ਨੂੰ ਇਹੋ ਜੀ ਰਿਪੋਰਟ ਕਿਵੇਂ ਦੇ ਦਈਏ ਕਿਉਂਕਿ ਜਿਹੜੀ ਧਰਤੀ ਆ ਧਰਤੀ ਦੇ ਥੱਲੇ ਬਹੁਤ ਸਾਲ ਇਹਨਾਂ ਨੇ ਪਾਣੀ ਪਾਇਆ ਤਾਂ ਕਰ ਤਾਂ ਕਰਕੇ ਹੀ ਸਾਡੇ ਨੇੜੇ ਤੇੜੇ ਦੇ ਪਿੰਡਾਂ ਚੋਂ ਪਾਣੀ ਨਿਕਲਦਾ ਰਿਹਾ ਜੀ ਜਿਹੜੀ ਕੈਂਸਰ ਦੀ ਰੇਸ਼ਿਓ ਆ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਆ ਜੀ ਕਾਲਾ ਪੀਲਿਆ ਹੋ ਗਿਆ ਹੋਰ ਹੈਲਥ ਰਿਲੇਟਡ ਡਿਸੀਜ਼ ਬਹੁਤ ਜ਼ਿਆਦਾ ਵੱਧ ਚੁੱਕੀਆਂ ਜਦੋਂ 40 ਤੋਂ 50 ਪਿੰਡ ਸਾਡੇ ਕਹਿ ਰਹੇ ਆ ਵੀ ਸਾਨੂੰ ਇਹ ਇੰਡਸਟਰੀ ਨਹੀਂ ਚ ਇੱਕ ਕਾਨੂੰਨ ਵੀ ਹੈਗਾ ਕੋਰਟ ਦੇ ਵਿੱਚ ਲਾਅ ਆਫ ਪਬਲਿਕ ਨਿਊਸੈਂਸ ਵੀ ਇਹ ਲੋਕਾਂ ਨੂੰ ਇਹ ਇੰਡਸਟਰੀ ਨਹੀਂ ਚਾਹੀਦੀ ਇਹ ਇੰਡਸਟਰੀ ਖਤਰਨਾਕ ਆ ਲੋਕਾਂ ਦੀ ਸਿਹਤ ਲਈ ਫਿਰ ਸਾਡੇ ਤੇ ਤੁਸੀਂ ਜ਼ਬਰਨ ਕਿਉਂ ਇਹ ਥੋਪ ਕਿਉਂ ਫੋਰ ਰਹੇ ਬਈ ਇੱਕ ਇਹ ਸਵਾਲ ਆ ਵੀ ਜਿਹੜੀ ਰਾਤ ਦੀ ਲੈਟਰ ਜਾਰੀ ਹੋਈ ਆ ਇਹ ਕਿਵੇਂ ਲੱਗਦਾ ਕਿ ਸਖਤੀ ਦੇ ਜਿਵੇਂ ਪੁਲਿਸ ਕਹਿੰਦੇ ਵੱਧ ਆ ਅੱਜ ਫਾਇਰ ਬਿਗੜਦੇ ਗੱਡੀਆਂ ਆ ਕਿਵੇਂ ਦੇਖਦੇ ਹੋ ਇਹ ਸਖਤੀ ਨੂੰ ਕਿਵੇਂ ਦੇਖਦੇ ਹੋ ਵੇਖੋ ਜਿਹੜਾ ਲੋਕਤੰਤਰ ਕੀ ਆ ਮੈਂ ਇੱਥੇ ਜਿਹੜੀ ਸਾਡੀ ਸਰਕਾਰ ਆ ਉਹਨਾਂ ਨੂੰ ਦੱਸਣਾ ਚਾਹੁੰਨਾ ਜਿਹੜਾ ਦਾਰਸ਼ਨਿਕ ਹੋਏ ਆ ਵੈਸਟ ਦੇ ਰੂਸੋ ਉਹਨਾਂ ਨੇ ਦੱਸਿਆ ਕਿ ਲੋਕਤੰਤਰ ਇਹ ਆ ਵੀ ਲੋਕਾਂ ਦਾ ਇੱਕ ਸੋਸ਼ਲ ਕੰਟਰੈਕਟ ਹੁੰਦਾ ਹਾਂ ਜੀ ਤੇ ਉਹਦੇ ਵਿੱਚ ਲੋਕ ਆਪਦੀਆਂ ਕੁਝ ਰਾਈਟਸ ਆਪਦੀਆਂ ਜਿਹੜੀਆਂ ਹੱਕ ਆ ਉਹ ਉਹ ਸਰਕਾਰ ਨੂੰ ਦੇ ਦਿੰਦੇ ਆ ਜੀ ਜਿਵੇਂ ਹੁਣ ਅਸੀਂ ਟੈਕਸ ਦਿੰਨੇ ਆ ਜਿਹੜੀ ਅਸੀਂ ਕਮਾਈ ਚੋਂ ਇੱਕ ਹਿੱਸਾ ਸਰਕਾਰ ਨੂੰ ਅੱਜ ਲੈਟਰ ਆਪਾਂ ਲੰਮੀ ਗੱਲ 'ਚ ਨਾ ਜਾਈਏ ਆਪਾਂ ਲੈਟਰ ਤੇ ਗੱਲ ਕਰੀਏ ਵੀ ਪੁਲਿਸ ਦੀ ਸਖਤੀ ਪ੍ਰਸ਼ਾਸਨ ਦੀ ਸਖਤੀ ਸਰਕਾਰ ਦੀ ਸਖਤੀ ਨੂੰ ਕਿਵੇਂ ਦੇ ਦਿੰਦੇ ਆ ਉਸੇ ਗੱਲ ਤੇ ਆ ਰਹੇ ਆ ਨਾ ਜੀ ਹੁਣ ਉਹ ਉਹ ਜਿਹੜਾ ਕੰਟਰੈਕਟ ਤੋੜ ਰਹੀ ਹੈ ਸਰਕਾਰ ਜਿਹੜਾ ਪ੍ਰਸ਼ਾਸਨ ਨੂੰ ਕੰਟਰੈਕਟ ਤੋੜ ਰਿਹਾ ਤੇ ਗੁਰੂ ਨਾਨਕ ਸਾਹਿਬ ਨੇ ਜਿਵੇਂ ਕਿਹਾ ਰਾਜੇ ਸ਼ੀ ਵੇਖੋ ਜਿੱਥੇ ਸਰਕਾਰ ਜੁਰਮ ਕਰ ਰਹੀ ਆ ਉਹ ਸੁਣ ਨਹੀਂ ਰਹੀ ਦੂਜੇ ਪਾਸੇ ਜਿਹੜੀ ਜੁਡੀਸ਼ਰੀ ਆ ਜਿਹੜਾ ਮੁਕੱਦਮਾ ਆ ਜੀਹਦੇ ਕੋਲੇ ਆਪਾਂ ਆਪਾਂ ਕਹਿੰਦੇ ਫਰਿਆਦ ਲਾਉਣੀ ਹੁੰਦੀ ਆ ਉਹ ਵੀ ਅੱਜ ਧੋਖਾ ਕਰ ਗਏ ਆ ਤੇ ਇਹ ਸਮਝਣਾ ਚਾਹੀਦਾ ਵੀ ਇਹ ਕਿ ਨਾ ਚਰ ਚੱਲੂਗਾ ਕਿ ਨਾ ਚ ਆ ਦੇਖਿਆ ਤੁਸੀਂ ਤਸਵੀਰਾਂ ਇਸ ਵਕਤ ਦੀਆਂ ਜਿਹੜੀਆਂ ਜੀਰਾ ਧਰਨੇ ਤੋਂ ਆ ਲੋਕ ਗੁੱਸੇ ਆ ਸਰਕਾਰ ਦੇ ਨਾਲ ਕਿ ਵਾਦੇ ਹੋਰ ਕੀਤੇ ਸੀ ਤੇ ਅੱਜ ਉਹਨਾਂ ਵਾਦਿਆਂ ਤੇ ਪੂਰੇ ਨਹੀਂ ਉਤਰਦੇ ਆ ਕਿਵੇਂ ਦੇਖਦੇ ਹੋ ਜੀ ਜਿਹੜਾ ਇਹ ਲੈਟਰ ਜਾਰੀ ਭਗਵੰਤ ਮਾਨ ਆਮ ਲੋਕਾਂ ਦੇ ਮੁੱਖ ਮੰਤਰੀ ਸੀ ਵੇਖੋ ਜੀ ਕਹਿ ਤਾਂ ਇਹ ਹੀ ਰਿਹਾ ਸੀ ਸਰਕਾਰ ਵੀ ਇਸੇ ਬੇਸ ਤੇ ਬਣੀ ਸੀ ਵੀ ਆਮ ਲੋਕਾਂ ਦਾ ਮੁੱਖ ਮੰਤਰੀ ਆ ਪਰ ਜਿਹੜਾ ਸਾਡੇ 40 ਪਿੰਡਾਂ ਨਾਲ ਅੱਜ ਕਰ ਰਿਹਾ ਇਹ ਤੁਸੀਂ ਹਾਲਾਤ ਦੇਖ ਰਹੇ ਹੋ ਉੱਥੇ ਲੋਕ ਤਰਾਤਰਾਂ ਕਰ ਰਹੇ ਆ ਐਡੀ ਗੰਦੀ ਫੈਕਟਰੀ ਗੰਦਾ ਜ਼ਹਿਰ ਪਾਣੀ ਬਣਾਤਾ ਇਹਨੇ ਜਿਹੜਾ ਸਾਡਾ ਜ਼ਹਿਰ ਬਣਾਤਾ ਪਾਣੀ ਨੂੰ ਤੇ ਸਰਕਾਰ ਇਹੋ ਜੇ ਕਾਰਪੋਰੇਟ ਘਰਾਣਿਆਂ ਦਾ ਪੱਕਾ ਪੂਰ ਰਹੀ ਆ ਉਹ ਵੀ ਘਟੋ ਘਟ 2500 3000 ਦੇ ਹਿਸਾਬ ਨਾਲ ਪੁਲਿਸ ਮੁਲਾਜ਼ਮ ਲਿਆ ਕੇ ਪ੍ਰੈਸ਼ਰਾਈਜ਼ ਕਰ ਰਹੀ ਹੈ ਪ੍ਰੈਸ਼ਰਾਈਜ਼ ਬੈਲਟ ਕਰ ਰਹੀ ਹੈ ਇਸ ਤਰੀਕੇ ਨਾਲ ਕਿ ਇਹਨਾਂ ਨੂੰ ਦਬਾਇਆ ਮਾਰਿਆ ਗਿਆ ਅੱਜ लाठी चार्ज ਹੋਇਆ ਫਿਰ ਕੀ ਹੋਊਗਾ ਵੇਖੋ ਜੀ ਜੇ लाठी चार्ज ਪੁਲਿਸ ਕਰਦੀ ਹੈ ਅਸੀਂ ਤਾਂ ਵੇਖੋ ਬੈਠੇ ਹਾਂ ਇੱਕ ਆਪਦਾ ਅਨਸਾਫ਼ ਲੈਣ ਵਾਸਤੇ ਅਸੀਂ ਕੋਈ ਮੂਹਰੋਂ लाठी चार्ज ਨਹੀਂ ਕਰਾਂਗੇ ਅਸੀਂ ਤਰੀਕੇ ਨਾਲ ਆਪਦਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਕੋਈ ਲਾਅਨ ਆਰਡਰ ਨੂੰ ਅਸੀਂ ਹੱਥ 'ਚ ਨਹੀਂ ਲਵਾਂਗੇ ਅਸੀਂ ਤਾਂ ਆਪਦਾ ਤਰੀਕੇ ਨਾਲ ਬਹਿ ਕੇ ਪ੍ਰੋਟੈਸਟ ਕਰ ਰਹੇ ਹਾਂ ਜੀ ਭਰਾਏ ਕਹਿੰਨੇ ਆ ਵੀ ਪ੍ਰਸ਼ਾਸਨ ਜਿਹੜਾ ਉਹ ਸਾਨੂੰ ਦੋਹਾਂ ਤਰਫੋਂ ਮਾਰ ਰਿਹਾ ਚਾਹੇ ਤਾਂ ਸਾਨੂੰ ਪਾਣੀ ਪਿਆ ਕੇ ਮਾਰ ਦੇਵੇ ਚਾਹੇ ਸਾਡੇ ਤੇ ਲਾਠੀ ਚਾਰਜ ਕਰਕੇ ਮਾਰ ਦੇਵੇ ਠੀਕ ਹੈ ਕਿ ਨਹੀਂ ਲਾਠੀ ਚਾਰਜਾ ਉਹ ਕਰ ਲੈ ਸਾਨੂੰ ਮਾਰ ਦੇਵੇ ਆਪ ਦੀ ਚਲਾ ਲੈ ਫੈਕਟਰੀ 40 ਪਿੰਡਾਂ ਨੂੰ ਮਾਰ ਕੇ ਫੈਕਟਰੀ ਜੇ ਚਲਾਉਣੀ ਆ ਚਲਵਾ ਲਵੇ ਪ੍ਰਸ਼ਾਸਨ ਇੰਨੀ ਕਿ ਜਿਆਦੇ ਅੰਨੀ ਮੱਚੀ ਅਸੀਂ ਤਾਂ ਹੈਰਾਨ ਇਸ ਗੱਲ ਤੋਂ ਹੈਰਾਨ ਵੀ ਸਾਡਾ ਅੱਜ ਤਾਈਂ ਕਿਸੇ ਬੰਦੇ ਨੇ ਇੱਕ ਅਧਿਕਾਰੀ ਨੇ ਕਿਸੇ ਤਹਿਸੀਲਦਾਰ ਨੇ ਕਿਸੇ ਪੁਲਿਸ ਦੇ ਛੋਟੇ ਅਫਸਰ ਨੇ ਵੀ ਸਾਨੂੰ ਆ ਕੇ ਨਹੀਂ ਕਿਹਾ ਯਾਰ ਤੁਸੀਂ ਸਹੀ ਆ ਕਾਲਾ ਗਾਰਾ ਪਾਣੀ ਇੱਕ ਮਿੰਟ ਕਾਲਾ ਗਾਰਾ ਪਾਣੀ ਆ ਜਿਹੜਾ ਉਹ ਸਹੀ ਹੋ ਸਕਦਾ ਤੁਸੀਂ ਹੁੰਦਾ ਜਿਹੜੇ ਇਹਨਾਂ ਦੇ ਕੋਈ ਐਮਐਲਏ ਆ ਜਾਂ ਪ੍ਰਸ਼ਾਸਨ ਇਸ ਟਾਈਮ ਆਇਆ ਕਰਕੇ ਖੁੱਲਾ ਠੀਕ ਹੈ ਜੇ ਤੁਸੀਂ ਕੋਣ ਨਾ ਵੀ ਕੋਈ ਕਿਸੇ ਦੇ ਕਹਿਣੇ ਚਾ ਚਾ ਕੋਈ ਗੱਲਬਾਤ ਆ ਚਾ ਕੋਈ ਬੰਦਾ ਕੰਮ ਕਰਾ ਲੂਗਾ ਪ੍ਰਸ਼ਾਸਨ ਬਿਲਕੁਲ ਖੁੱਲਾ ਇਹ ਗੇ ਜੋ ਕਿਸੇ ਦੇ ਕੋਈ ਆਖੇ ਨਹੀਂ ਲੱਗ ਰਿਆ ਅੰਨੀ ਮੱਛੀ ਆ ਆ ਫੋਤਾ ਹੀ ਪਏ ਆ ਜਿਹੜਾ ਇਹ ਸਾਡੇ ਤੇ ਕਹਿਰ ਟਾਉਣਾ ਚਾਹੁੰਦੇ ਆ ਅਸੀਂ ਤਾਂ ਕਹਿੰਨੇ ਢਾ ਲੈਣ ਅਸੀਂ ਬੈਠੇ ਆ ਸਾਨੂੰ ਮਾਰ ਦੇਣ ਅਸੀਂ ਗੰਦਾ ਪਾਣੀ ਪੀ ਕੇ ਮਰਨ ਨਾਲੋਂ ਅਸੀਂ ਇਹਨਾਂ ਦੀ ਦਿੱਤੀ ਮੌਤ ਨੂੰ ਚੰਗਾ ਸਮਝਾਂਗੇ ਸਾਨੂੰ ਇਹ ਮਾਰ ਲੈਣ ਸਾਨੂੰ ਇਸ ਗੱਲ ਦਾ ਕੋਈ ਨਹੀਂ ਜੇ ਇਹ ਕਹਣੇ ਪਿੱਛੇ ਹਟ ਜਾਣਗੇ ਪਿੱਛੇ ਨਹੀਂ ਅਸੀਂ ਹਟਣਾ ਅਸੀਂ ਆਪਦੇ ਅੱਜ ਬੱਚਿਆਂ ਦੀ ਛੁੱਟੀ ਕਰਾ ਕੇ ਸਕੂਲਾਂ ਛੁੱਟੀ ਕਰਾ ਕੇ 10-10 ਸਾਲ ਦੇ ਬੱਚੇ ਵੀ ਇੱਥੇ ਹੀ ਲਿਆਂਦੇ ਆ ਮਾਰ ਦਿਓ ਜੇ ਇਹਨਾਂ ਨੇ ਸਾਨੂੰ ਮਾਰਨਾ ਤਾਂ ਪਿੱਛੇ ਨਹੀਂ ਅਸੀਂ ਹਟਣਾ ਪਿੱਛੇ ਨਹੀਂ ਜੇ ਕਹਿੰਦੇ ਵੀ ਇਹ ਗੁਰੂ ਸਾਹਿਬ ਪ੍ਰਕਾਸ਼ ਆ ਫੈਕਟਰੀ ਬੰਦ ਆ ਫੈਕਟਰੀ ਬੰਦ ਆ ਨਾ ਗੁਰੂ ਸਾਹਿਬ ਅਸੀਂ ਪੂਰਾ ਸਤਕਾਰ ਕਰ ਰਹੇ ਆ ਗੁਰੂ ਸਾਹਿਬ ਦੀ ਸੰਗਤ ਬਾਣੀ ਸੁਣ ਰਹੀ ਆ ਸੁੱਚਾ ਸੰਗ ਲਗਾ ਨੂੰ ਤਾਂ ਗੰਦ ਪਾ ਕੇ ਮਾਫੀ ਮਿਲ ਸਕਦੀ ਆ ਅਸੀਂ ਜੇ ਸੰਗਤ ਨੇ ਗੁਰੂ ਸਾਹਿਬ ਦੀ ਬਾਣੀ ਸੁਣੀ ਚਾ ਇੱਥੇ ਗੁਰੂ ਸਾਹਿਬ ਲਿਉਣ ਚ ਸਾਡਾ ਕੋਈ ਪ੍ਰਾਧ ਹੋ ਗਿਆ ਸਾਨੂੰ ਪੁਲਿਸ ਕਹਿੰਦੀ ਇੱਥੋਂ ਮਹਾਰਾਜ ਨਬ ਲੈ ਕੇ ਆਓ ਜੀ ਜੀ ਇਹ ਸਰਕਾਰੀ ਅਧਿਕਾਰੀ ਕੌਣ ਹੋ ਸਕਦੇ ਸਾਨੂੰ ਇਸ ਗੱਲ ਕਹਿਣ ਵਾਲੇ ਸਾਡੇ ਨਾਲ ਸਾਧੂ ਸਾਧਨ ਵਾਲੇ ਸਾ ਫਰਿਆ ਇਹਦਾ ਇੱਕ ਹੁਕਮਨਾਮਾ ਇਹ ਸੁਣਾਉਂਦੇ ਆ ਸਾਨੂੰ ਆ ਕੇ ਐ ਸੁਣਾਉਂਦਿਆ ਵੀ ਜਿਵੇਂ ਸਾਡੇ ਤੇ ਰਾਜੇ ਪਰਜਾ ਹੋਣ ਸਾਨੂੰ ਇੱਥੇ ਕੋਈ ਸਾਡੇ ਸਾਧੂ ਸੰਤ ਜਾਂ ਕੋਈ ਸਾਡੇ ਜਿਹੜੇ ਵਿਗਿਆਨੀ ਆ ਧਾਰਮਿਕ ਬੰਦੇ ਉਹ ਸਾਨੂੰ ਕੁਝ ਕਹਿ ਸਕਦੇ ਆ ਵੀ ਤੁਹਾਡੀ ਆ ਗਲਤੀ ਆ ਤਾਂ ਗੁਰੂ ਜਿਹੜੇ ਗੁਰਮਖਾਹ ਉਹ ਹੀ ਦੱਸ ਸਕਦੇ ਉਹ ਹੀ ਦੱਸ ਸਕਦੇ ਆ ਇਹਨਾਂ ਨੇ ਦੋ ਸਪੈਸ਼ਲ ਇੱਕ ਕੋਈ ਉਹਨਾਂ ਦੇ ਦਾੜ੍ਹੀ ਕੇਸ ਨਹੀਂ ਰੱਖੇ ਦਾੜ੍ਹੀ ਕੇਸ ਨਹੀਂ ਰੱਖੇ ਰਾਤ ਦੀ ਉਹਨਾਂ ਦੇ ਮੂੰਹ ਚੋਂ ਬਦਬੋ ਮਾਰ ਰਹੀ ਆ ਸ਼ਰਾਬ ਦੀ ਤੇ ਸਾਨੂੰ ਆ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਗੁਰੂ ਸਾਹਿਬ ਪ੍ਰਕਾਸ਼ ਕਿਉਂ ਕਰਾਇਆ ਜੀ ਜੀ ਬੱਲ ਕੋਲ ਭਰਾ ਅਸੀਂ ਇੰਨੇ ਕ ਜਿਆਦੇ ਦੁਖੀ ਆ ਜਿਹਦਾ ਅੰਤ ਕੋਈ ਨਹੀਂ ਕਾਲੇ ਗਾਰੇ ਨੂੰ ਕਾਲੇ ਗਾਰੇ ਨੂੰ ਇਹ ਕਹਿ ਰਿਹਾ ਵੀ ਇਹ ਜਿਹੜਾ ਪਾਣੀ ਇਹ ਸਹੀ ਆ ਤੇ ਤੁਸੀਂ ਗਲਤ ਆ ਆ ਵੇਖੋ ਇਧਰ 45 50 ਕਿੱਲੇ ਜਿਹੜਾ ਫੈਕਟਰੀ ਦੇ ਮਗਰਲੇ ਦਾ ਜੰਗਲ ਆ 45 50 ਕਿੱਲੇ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਨੂੰ ਹੁਣ ਦਿਖਾ ਦਿੰਨੇ ਆ ਵੀ ਇਹਨਾਂ ਨੇ 2 ਸਾਲ ਉੱਥੇ ਲਗਾਤਾਰ ਪਾਣੀ ਛੱਡਿਆ ਜੀ ਹੁਣ ਉੱਥੇ ਇਸ ਟਾਈਮ ਭਰਾ ਟੜਾਂ ਵਾਲਾ ਕਹਾਵ ਨਹੀਂ ਹੋ ਰਿਹਾ ਟੜਾਂ ਵਾਲਾ ਕਹਾਵੀ ਇੰਨੇ ਕ ਜਿਆਦੇ ਜਾਨੀ ਕਿ ਉਹ ਕੈਮੀਕਲ ਇਹਨਾਂ ਨੇ ਗੰਦੇ ਪਾਏ ਆ ਜਿਹਦਾ ਅੰਤ ਕੋਈ They did